ਇਤਿਹਾਸ ਦੀ ਇੱਕ ਬੜੀ ਪਿਆਰੀ ਘਟਨਾ ਹੈ। ਉਸਨੂੰ ਨੰਦ ਲਾਲ ਬੜੇ ਪਿਆਰੇ ਸ਼ਬਦਾਂ 'ਚ ਲਿਖਦੇ ਨੇ। ਉਹ ਕਹਿੰਦੇ, ਸ਼ਾਮਲ ਲਾ ਅਸ਼ਫਾਕ ਗੁਰੂ ਗੋਬਿੰਦ ਸਿੰਘ, ਕਾਮੁਲ ਇਖਲਾ ਗੁਰੂ ਗੋਬਿੰਦ ਸਿੰਘ। ਕਹਿੰਦੇ ਦੁਨੀਆਂ ਦੀਆਂ ਸਾਰੀਆਂ ਅਸ਼ਫਾਕ ਜਿੰਨੀਆਂ ਵੀ ਰਹਿਮਤਾਂ ਨੇ ਨਾ, ਇੱਕ ਥਾਂ 'ਤੇ ਇਕੱਠੀਆਂ ਕਰ ਲਈਏ ਨਾ, ਅਤੇ ਤਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਬਰਾਬਰ ਨਹੀਂ ਹੋ ਸਕਦੇ। ਕਹਿੰਦੇ ਦੁਨੀਆਂ ਦੇ ਜਿੰਨੇ ਵੀ ਵੱਡੇ ਕਰੈਕਟਰ ਨੇ, ਇਖਲਾਕ ਨੇ, ਚਰਿੱਤਰ ਨੇ, ਉਹ ਸਾਰੇ ਇੱਕ ਥਾਂ 'ਤੇ ਇਕੱਠੇ ਕਰਕੇ ਬੁੱਤ ਬਣਾ ਲਈਏ ਤਾਂ ਵੀ ਕਲਗੀਧਰ ਪਾਤਸ਼ਾਹ ਦੇ ਬਰਾਬਰ ਨਹੀਂ ਹੋ ਸਕਦੇ। ਸ਼ਾਮਲ ਲਾ ਅਸ਼ਫਾਕ ਗੁਰੂ ਗੋਬਿੰਦ ਸਿੰਘ, ਕਾਮੁਲ ਇਖਲਾਕ ਗੁਰੂ ਗੋਬਿੰਦ ਸਿੰਘ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਦਰਬਾਰ ਲੱਗਾ ਹੋਇਆ, ਮੈਦਾਨੇ ਜੰਗ 'ਚ ਸਿੱਖ ਆਏ ਨੇ, ਅੱਗੇ ਤੇ ਦੁਸ਼ਮਣ ਦੇ ਸ਼ਸਤਰ ਜੰਬੂਰੇ ਤੋਪਾਂ ਘੋੜੇ ਖੋਹ ਕੇ ਲੈ ਕੇ ਆਉਂਦੇ ਸੀ। ਅੱਜ ਬੜੀ ਵੱਖਰੀ ਗੱਲ ਹੈ, ਇੱਕ ਡੋਲੀ ਇੱਕ ਪਾਲਕੀ ਲਿਆ ਕੇ ਕਲਗੀਧਰ ਪਾਤਸ਼ਾਹ ਦੇ ਅੱਗੇ ਦਰ ਦਿੱਤੀ। ਪਾਤਸ਼ਾਹ ਨੇ ਭਾਈ ਮਾਨ ਸਿੰਘ ਨੂੰ ਸਵਾਲ ਕੀਤਾ, ਮਾਨ ਸਿੰਘ ਮੈਦਾਨੇ ਜੰਗ 'ਚ ਗਏ ਸੀ, ਦੁਸ਼ਮਣ ਦੇ ਨਾਲ ਮੈਨੂੰ ਪਤਾ ਲੱਗਾ ਮੁਕਾਬਲਾ ਹੋਇਆ ਤੁਹਾਡਾ, ਆ ਪਾਲਕੀ ਕਿੱਥੋਂ ਆ ਗਈ? ਪਾਤਸ਼ਾਹ ਸੀ ਵੇਖਿਆ ਨਹੀਂ ਚੁੱਕੇ ਪੜਤਾ ਕੀ ਵਿੱਚ। ਸਾਨੂੰ ਤਾਂ ਇੰਨਾ ਪਤਾ ਹੈ ਕਿ ਰਹੀਮਪੁਰ ਦੇ ਨਵਾਬ ਦੇ ਨਾਲ ਸਾਡੀ ਜੰਗ ਹੋਈ ਅਤੇ ਉਹ ਮੈਦਾਨੇ ਜੰਗ ਦੇ ਵਿੱਚ ਇਸ ਪਾਲਕੀ ਨੂੰ ਛੱਡ ਕੇ ਭੱਜ ਗਿਆ। ਅਸੀਂ ਪੜਦਾ ਚੁੱਕ ਕੇ ਨਹੀਂ ਵੇਖਿਆ ਕਿ ਇਹਦੇ ਵਿੱਚ ਔਰਤ ਹੈ ਕਿ ਮਰਦ ਹੈ, ਅਸੀਂ ਨਹੀਂ ਵੇਖਿਆ। ਤੁਸੀਂ ਹੈਰਾਨ ਹੋਵੋਗੇ, ਇਸ ਪਾਲਕੀ ਦੇ ਵਿੱਚ ਨਾਹਰ ਖਾਨ ਦੀ ਬੇਟੀ ਸੀ, ਸ਼ੇਰ ਮੁਹੰਮਦ ਖਾਨ ਮਲੇਰਕੋਟਲੇ ਵਾਲੇ ਦੀ ਭਤੀਜੀ। ਇਹ ਉਹੀ ਨਾਹਰ ਖਾਨ ਹੈ ਜਿਹੜਾ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥੋਂ ਚਮਕੌਰ ਦੀ ਜੰਗ ਦੇ ਵਿੱਚ ਮਾਰਿਆ ਗਿਆ ਸੀ ਅਤੇ ਜਿਸ ਦਾ ਜ਼ਿਕਰ ਕਲਗੀਧਰ ਪਾਤਸ਼ਾਹ ਨੇ ਜ਼ਫਰਨਾਮੇ 'ਚ ਕੀਤਾ, ਚੁਦੀਤਮ ਬਾ ਨਾਹਰ ਬਾ ਆਮਦ ਬਾ ਯੰਗ ਚਸ਼ੀਤੇ ਯੱਕੇ ਤੀਰ ਮਨ ਬੇਦਰੰਗ। ਜਦੋਂ ਮੈਂ ਵੇਖਿਆ ਕਿ ਸ਼ੇਰ ਮੁਹੰਮਦ ਮਲੇਰਕੋਟਲੇ ਵਾਲੇ ਦਾ ਭਰਾ ਨਾਹਰ ਖਾਨ ਮੈਦਾਨੇ ਜੰਗ 'ਚ ਆਇਆ ਅਤੇ ਮੈਂ ਇੱਕੋ ਤੀਰ ਚਲਾਇਆ ਅਤੇ ਉਸਨੂੰ ਜ਼ਮੀਨ 'ਤੇ ਸੁੱਟ ਦਿੱਤਾ, ਉਹਦੀ ਬੇਟੀ ਸੀ, ਹੁਣ ਦੁਸ਼ਮਣ ਦੀ ਬੇਟੀ, ਦੁਸ਼ਮਣ ਦੀ ਪਤਨੀ, ਰਹੀਮਪੁਰ ਦੇ ਨਵਾਬ ਦੀ ਘਰ ਵਾਲੀ ਅਤੇ ਨਾਹਰ ਖਾਨ ਦੀ ਬੇਟੀ ਸਿੱਖਾਂ ਦੇ ਹੱਥ ਆਈ ਹੈ, ਪਰਦਾ ਚੁੱਕ ਹੀ ਨਹੀਂ ਵੇਖਿਆ ਕੌਣ ਹੈ। ਹੁਣ ਕਲਗੀਧਰ ਪਾਤਸ਼ਾਹ ਪੁੱਛਦੇ ਨੇ ਭਾਈ ਮਾਨ ਸਿੰਘ ਨੂੰ, ਮਾਨ ਸਿੰਘ ਹੈ ਕੌਣ ਪਾਲਕੀ 'ਚ? ਪਰਦਾ ਚੁੱਕਿਆ, ਇੱਕ ਬੇਟੀ ਇੱਕ ਔਰਤ, ਅਤੇ ਕਲਗੀਧਰ ਪਾਤਸ਼ਾਹ ਕਹਿੰਦੇ ਨੇ, ਹੈ ਦੁਸ਼ਮਣ ਦੀ ਬੇਟੀ, ਜਿੱਥੋਂ ਲੈ ਕੇ ਆਏ ਹੋ ਨਾ ਉੱਥੇ ਛੱਡ ਕੇ ਆਓ। ਇੱਕ ਸਿੱਖ ਕਹਿੰਦਾ, ਕੁਦਰਤਨ ਜ਼ਰੂਰੀ ਨਹੀਂ ਹੈ ਕਿ ਸਾਰੇ ਇੱਕੋ ਹੀ ਅਵਸਥਾ ਦੇ ਮਾਲਕ ਹੁੰਦੇ ਨੇ। ਇੱਕ ਸਿੱਖ ਨੇ ਇੱਕ ਸ਼ਬਦ ਕਿਹਾ, ਉਹ ਕਹਿੰਦੇ, ਸਕਲ ਤੁਰਕ ਭੋਗੇ ਹਿੰਦਵਾਣੀ, ਪਾਤਸ਼ਾਹ ਮੈਦਾਨੇ ਜੰਗ ਦੇ ਵਿੱਚ ਜੇ ਕਿਤੇ ਉਹਨਾਂ ਦੇ ਹੱਥ ਸਾਡੀ ਔਰਤ ਆਈ ਹੁੰਦੀ ਤਾਂ ਛੱਡ ਦੇ। ਤੁਸੀਂ ਛੱਡਣ ਦੀ ਤਾਂ ਗੱਲ ਕੀਤੀ, ਤੁਸੀਂ ਕਹਿ ਰਹੇ ਹੋ ਕਿ ਵਾਪਸ ਉੱਥੇ ਦੇ ਕੇ ਆਓ, ਦੁਸ਼ਮਣ ਦੇ ਇਲਾਕੇ 'ਚ ਜਾਣਾ, ਦੁਸ਼ਮਣ ਦੀ ਔਰਤ ਨੂੰ ਛੱਡ ਕੇ ਆਉਣਾ, ਪਾਤਸ਼ਾਹ ਇਹ ਵੀ ਤਾਂ ਜੋਖਮ ਭਰਿਆ ਕੰਮ ਹੈ। ਜੇ ਕਿਤੇ ਸਾਡੀ ਵੀ ਔਰਤ ਉਹਨਾਂ ਦੇ ਹੱਥ ਆਉਂਦੀ ਹੁੰਦੀ। ਸਕਲ ਤੁਰਕ ਭੋਗੇ ਹਿੰਦਵਾਣੀ, ਅਤੇ ਸੱਚ ਜਾਣੇ ਉਸ ਪਾਲਕੀ 'ਚ ਬੈਠੀ ਬੱਚੀ ਦੀਆਂ ਅੱਖਾਂ ਦੇ ਵਿੱਚ ਹੰਝੂ ਨੇ ਜਦੋਂ ਮੇਰੇ ਗੁਰਦੇਵ ਪਾਤਸ਼ਾਹ ਨੇ ਉੱਚੀ ਆਵਾਜ਼ ਦੇ ਵਿੱਚ ਸਿੱਖ ਨੂੰ ਚੁੱਪ ਕਰਾਉਂਦਿਆਂ ਕਿਹਾ, ਤਪ ਸਤਿਗੁਰ ਬੋਲੇ ਇੱਕ ਬੇਰੇ ਹੰਭ ਲੇ ਜਾਨੋ ਪੰਥ ਉਜੇਰੇ। ਜੋ ਉਹ ਕਰ ਰਹੇ ਨੇ ਅਸੀਂ ਉਹ ਨਹੀਂ ਕਰਾਂਗੇ, ਜੋ ਕੁਛ ਉਹ ਕਰ ਰਹੇ ਨੇ ਨਾ ਅਸੀਂ ਉਹ ਕੁਛ ਨਹੀਂ ਕਰਾਂਗੇ। ਉਹਨਾਂ ਦੀ ਲੜਾਈ ਔਰਤਾਂ ਨੂੰ ਜਿੱਤਣ ਦੇ ਵਾਸਤੇ ਹੈ, ਪੱਤ ਲੁੱਟਣ ਦੇ ਵਾਸਤੇ ਹੈ, ਪਰ ਸਾਡਾ ਧਰਮ ਜੁੱਤ ਔਰਤਾਂ ਦੀ ਪੱਤ ਬਚਾਉਣ ਦੇ ਵਾਸਤੇ ਇਹ ਅੰਤਰ ਹੈ, ਇਹੀ ਅੰਤਰ ਹੈ। ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਧਰਮ ਜੁੱਤ ਦੇ ਵਿੱਚ ਅਤੇ ਸੰਸਾਰ ਦੀਆਂ ਜੰਗਾਂ ਦੇ ਵਿੱਚ ਇਹੀ ਅੰਤਰ ਹੈ ਕਿ ਉਹ ਔਰਤਾਂ ਨੂੰ ਇੱਕ ਮਟੀਰੀਅਲਿਸਟਿਕ ਚੀਜ਼ ਸਮਝ ਕੇ ਉਹਨਾਂ ਦੀ ਪੱਤ ਲੁੱਟਣ ਦੇ ਵਾਸਤੇ ਲੁੱਟਦੇ ਨੇ, ਅਤੇ ਗੁਰਦੇਵ ਪਾਤਸ਼ਾਹ ਉਹਨਾਂ ਦੀ ਪੱਤ ਬਚਾਉਣ ਦੇ ਵਾਸਤੇ ਲੜਦੇ ਨੇ।